ਜਿਸਿੰਗਟਨ ਢੜੀਆਂ ਵਾਲੇ ਬੜੇ ਦੁਖੀ ਤੁਹਾਡੇ ਤੋਂ ਬਾਈ ਨੇਮ ਤੁਹਾਡੀਆਂ ਵੀਡੀਓ ਬਾਈ ਨੇਮ ਪੋਸਟ ਆ ਪਾ ਰਹੇ ਤੁਹਾਡੇ ਨਾਮ ਤੇ ਹੁਣ ਮਿਰਚ ਨੂੰ ਲੱਗਦੀ ਜਿਹੜਾ ਝੁੱਟਾ ਹੁੰਦਾ ਕਹਿੰਦੇ ਪਰਮਜੀਤ ਸਿੰਘ ਅਕਾਲੀ ਡਾਂਗ ਚੱਕ ਕੇ ਚੱਲ ਜਾਂਦਾ ਨਾਲ ਦੇ ਨਾਲ ਕੋਈ ਪੰਥ ਤੁਰਦਾ ਬਖਸ਼ੀ ਆ ਗੁਰੂ ਸਾਹਿਬ ਨੇ ਡਾਂਗ ਤੇ ਬਖਸ਼ੀ ਹੈ ਨਾ ਗੁਰੂ ਸਾਹਿਬ ਨੇ ਇਹ ਡਾਂਗ ਬਖਸ਼ੀ ਕਾਦੇ ਵਾਸਤੇ ਸੀ ਸ਼ਸਤਰ ਕਾਦੇ ਵਾਸਤੇ ਬਖਸ਼ਿਆ ਜੀ ਹੋਰ ਸ਼ਸਤਰ ਉੱਥੇ ਕਾਦੇ ਵਾਸਤੇ ਬਖਸ਼ਿਆ ਮੱਜਾ ਮੋਣਨੀਆ ਸੀ ਕਹਿੰਦਾ ਜੀ ਇਹ ਗੋਲ ਖਾਂਦੇ ਨੇ ਧਾਨ ਖਾਂਦੇ ਨੇ ਸਾਨੂੰ ਦੱਸ ਦੋ ਢੜੀਆਂ ਵਾਲਾ ਕਿਹੜਾ ਧੰਦਾ ਕਰਦਾ ਕਿਹੜਾ ਕਾਰੋਬਾਰ ਡਰਨੀ ਵਾਲੇ ਦਾ ਕਿਹੜੇ ਪਿਓ ਦੀ ਪੈਲੀ ਵੋਂਦਾ ਵੀ ਜਿੱਥੋਂ ਉਹ ਐਸ਼ੋਰਾਮ 2-2 ਲੱਖ ਦੇ ਕੁੱਤੇ ਰੱਖੀ ਫਿਰਦਾ ਦੱਸੋ ਮੈਨੂੰ ਕਿਹੜਾ ਗੁਰਸਿੱਖ ਪ੍ਰਚਾਰਕ ਕਿਰਤੀ ਆ ਜਿਹਨੇ 2-2 ਲੱਖ ਦੇ ਕੁੱਤੇ ਹੀ ਰਖੇ ਨੇ ਸ਼ੌਂਕ ਪਾਲਣ ਨੂੰ সুইਮਿੰਗ ਪੂਲ ਬਣਾ ਕੇ ਅੰਦਰ ਗੱਡੀਆਂ ਉਹ ਸੁਣਿਆ ਕਹਿੰਦੇ ਜੋ ਵੇਖਿਆ ਸੀ ਤਾਂ ਜਦੋਂ ਗੱਡੀ 'ਚ ਬੰਦਾ ਥੱਲੇ ਪਹਿਲਾਂ ਤੌਲੀਆ ਵਛਾਉਂਦੇ ਨੇ ਇਹ ਪੰਥ ਵਾਸਤੇ ਲੜ ਲੈਣਗੇ ਮਖਮਲ ਦੇ ਗੱਦਿਆਂ ਦੇ ਸੌਣ ਵਾਲੇ 15 ਵਾਸਤੇ ਲੜਨਗੇ ਇਹ ਤਾਂ ਖੂਨ ਦੀਆਂ ਸਰੰਜਾਂ ਵਾਲ ਦੇਣ ਜੋਗੇ ਨੇ ਉਹ ਦਿੱਤੀਆਂ ਨੇ ਨਾਲੇ ਢੋਘੋਚਲੇ ਕੀਤੇ ਨੇ ਹੁਣ ਏਜੰਸੀਆਂ ਦਾ ਦਬਾਅ ਉਤੋਂ ਜਿਨ੍ਹਾਂ ਨੇ ਪਾਲਿਆ ਸੀਗਾ ਜਿਨ੍ਹਾਂ ਨੇ ਰੋਟੀ ਦਿੱਤੀ ਸੀ ਹੁਣ ਉਹ ਉਹ ਦਬ ਕੇ ਰੱਖਦੇ ਨੇ ਵੀ ਸਾਡੇ ਹਿਸਾਬ ਨਾਲ ਚੱਲ ਆਲ ਇੰਡੀਆ 6 ਸਟੂਡੈਂਟ ਫਾਊਂਡੇਸ਼ਨ ਦੇ ਵੱਲੋਂ ਅੱਜ ਸਰੀਏ ਕਾਲ ਤੱਕ ਹਜ਼ਰ ਤੇ ਆ ਕੇ ਪੰਥਕ ਸੇਵਾਵਾਂ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਕੀ ਭਾਈ ਪਰਮਜੀਤ ਸਿੰਘ ਅਕਾਲੀ ਹੋਣਾ ਨੂੰ ਵੀ ਜਥੇਬੰਦੀ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪ ਜੀ ਨੂੰ ਆਲ ਇੰਡੀਆ ਸਿੱਖ ਸਟੂਡੈਂਟ ਫਾਊਂਡੇਸ਼ਨ ਵੱਲੋਂ ਜਿਹੜਾ ਸਨਮਾਨਿਤ ਕੀਤਾ ਗਿਆ ਕਰਨੈਲ ਸਿੰਘ ਪੀਰ ਮੁਹੰਮਦ ਹੋਣਾ ਨੇ ਤੁਹਾਨੂੰ ਸਨਮਾਨਿਤ ਕੀਤਾ ਹੈ ਤੁਸੀਂ ਪੰਥ ਲਈ ਵਧੀਆ ਸੇਵਾਵਾਂ ਜਿਹੜੇ ਵਧੀਆ ਕਾਰਜ ਜਿਹੜੇ ਆ ਕਰਦੇ ਆ ਰਹੇ ਜੇ ਕੀ ਕਹਿਣਾ ਚਾਹੋਗੇ ਵੇਖੋ ਜੀ ਪਹਿਲੀ ਤੇ ਗੱਲ ਇਹ ਵੀ ਜਿਹੜਾ ਅੱਜ ਇਹ ਫਾਊਂਡੇਸ਼ਨ ਦੇ ਵੱਲੋਂ ਪੰਥ ਜਥੇਬੰਦੀ ਵੱਲੋਂ ਬਹੁਤ ਸਤਿਕਾਰਯੋਗ ਜਥੇਬੰਦੀ ਆ ਪਾਈ ਅਮਰੀਕ ਸਿੰਘ ਜੀ ਜਿਹੜੇ ਸ਼ਹੀਦ ਨੇ ਸਾਡੇ ਉਹਨਾਂ ਦੇ ਵੱਲੋਂ ਇਹ ਸਥਾਪਿਤ ਕੀਤੀ ਗਈ ਸੀਗੀ ਸੋ ਉਹਨਾਂ ਦੇ ਵੱਲੋਂ ਸਨਮਾਨ ਦੇਣਾ ਇੱਕ ਤਰ੍ਹਾਂ ਦਾ ਪੰਥ ਵੱਲੋਂ ਸਨਮਾਨ ਆ ਤੇ ਅਸੀਂ ਬੜਾ ਮਾਨ ਮਹਿਸੂਸ ਕਰਦੇ ਆ ਪਰ ਮੈਂ ਜਿਹੜਾ ਇਹ ਸਨਮਾਨ ਇਹ ਸਨਮਾਨ ਪਰਮਜੀਤ ਸਿੰਘ ਅਕਾਲੀ ਦਾਨੀ ਹੈਗਾ ਮੈਂ ਸਪਸ਼ਟ ਕਰ ਰਹਾ ਕਿਉਂਕਿ ਪਰਮਜੀਤ ਸਿੰਘ ਅਕਾਲੀ ਕੱਲਾ ਕਾਹੇ ਜੋਗਾ ਵੀ ਨਹੀਂ ਇਹ ਸਨਮਾਨ ਇਹਨਾਂ ਸਾਰੇ ਉਹਨਾਂ ਭਰਾਵਾਂ ਦਾ ਵਾ ਜਿਹੜੇ ਬਿਲਕੁਲ ਨਿਰਸਵਾਰਥ ਕਿਸੇ ਲਾਲਚ ਤੋਂ ਬਿਨਾ ਆਪਣੀਆਂ ਦਿਹਾੜੀਆਂ ਤੋੜ ਕੇ ਕਿਰਤ ਛੱਡ ਕੇ ਪੰਥਕ ਸਵਾਮ ਵਿੱਚ ਮੇਰਾ ਸਹਿਯੋਗ ਕਰਦੇ ਆ ਕਿਉਂਕਿ ਇਹ ਅਕਾਲੀ ਕੱਲਾ ਆਖੇ ਕਿ ਮੈਂ ਕੋਈ ਮੱਲ ਮਾਰ ਲਾਂ ਤੇ ਮੈਨੂੰ ਨਹੀਂ ਲੱਗਦਾ ਵੀ ਇਹ ਤਾਂ ਹੋ ਸਕਦਾ ਕਦੀ ਵੀ ਨਹੀਂ ਹੋ ਸਕਦਾ ਕੱਲਾ ਤਾਂ ਰੁੱਖ ਵੀ ਮਾੜਾ ਹੁੰਦਾ ਸੋ ਇਹ ਸਨਮਾਨ ਮੈਂ ਅੱਜ ਜਿਹੜਾ ਵਾ ਇਹ ਸਮਰਪਿਤ ਕੀਤਾ ਵਾ ਮੇਰੇ ਨਾਲ ਸਵਾਮਾਂ ਕਰਨ ਵਾਲੇ ਸਾਰੇ ਹੀ ਨੌਜਵਾਨਾਂ ਨੂੰ ਭੈਣਾ ਭਰਾਵਾਂ ਨੂੰ ਵੱਡਿਆਂ ਨੂੰ ਜਿਹੜੇ ਦਾਸ ਨਾਲ ਦਿਨ ਰਾਤ ਆਪਣਾ ਸਮਾਂ ਕੱਢ ਕੇ ਕਾਰਜ ਕਰਦੇ ਨੇ ਸੋ ਬਿਲਕੁਲ ਗੁਰੂ ਸਾਹਿਬ ਦੀ ਕਿਰਪਾ ਸਦਕਾ ਹੀ ਹੈ ਸਾਰਾ ਕੁਝ ਮਾਨ ਮਹਿਸੂਸ ਕਰਦੇ ਆ ਕਿ ਮਾਰਾ ਇਹਨੇ ਇਨਕ ਜੋਗਾ ਬਣਾਇਆ ਕਿ ਇਹ ਮਾਨ ਸਨਮਾਨ ਮਿਲ ਰਹੇ ਨੇ ਪੰਥਕ ਸਵਾਵਾਵਾਂ ਕਰਦੇ ਆ ਜਿਹੜੇ ਮਾਨ ਸਨਮਾਨ ਨੇ ਮਿਲਦੇ ਨੇ ਹਰ ਇੱਕ ਉਸ ਸ਼ਖਸੀਅਤ ਨੂੰ ਬਿਲਕੁਲ ਸਨਮਾਨ ਦੇਣਾ ਚਾਹੀਦਾ ਜਿਹੜਾ ਤਿਲ ਮਾਤਰ ਵੀ ਪੰਥ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਾਲ ਯੋਗਦਾਨ ਪਾਉਂਦਾ ਕਿਉਂਕਿ ਅਸੀਂ ਤਾਂ ਬੜੇ ਚਿਰ ਤੋਂ ਕਹਿੰਨੇ ਆ ਤੁਹਾਡੇ ਜਥੇਬੰਦੀਆਂ ਹੋਣੇ ਚਾਹੀਦੀਆਂ ਨੇ ਢਾਂਚੇ ਹੋਣੇ ਚਾਹੀਦੇ ਵੱਖ-ਵੱਖ ਹੋਵੇ ਬਿਨਾਂ ਗੱਲ ਹੋਵੇ ਕੋਈ ਇਸ਼ੂ ਨਹੀਂ ਹੈਗਾ ਜਥੇਬੰਦੀਆਂ ਜਿੰਨੀਆਂ ਹੁਣ ਥੋੜੀਆਂ ਨੇ ਪਰ ਜਦੋਂ ਗੱਲ ਗੁਰੂ ਗ੍ਰੰਥ ਗੁਰੂ ਪੰਥ ਦੀ ਹੁੰਦੀ ਆ ਉਦੋਂ ਘਟੋ ਘਟ ਅਸੀਂ ਇਕੱਠੇ ਹੋ ਕਰਕੇ ਤਰੀਆ ਕਰੀਏ ਜਾਂਕਿ ਜਿਹੜੇ ਇਹ ਮਾਨ ਸਨਮਾਨ ਨੇ ਫਿਰ ਤੇ ਮਗਰਮਗਰ ਆਪਣੇ ਆ ਵੀ ਤੁਰੇ ਫਿਰਨੇ ਜਿਵੇਂ ਹੁਣ ਮਾਇਆ ਦੀ ਆਪਾਂ ਗੱਲ ਕਰ ਰਹੇ ਤੇ ਮਾਇਆ ਤੇ ਚੰਨਾ ਦੀ ਦਾਸੀ ਆ ਸੰਦਾ ਦੀ ਹੈਣਾ ਸਿੰਘਾਂ ਦੀ ਸੋ ਜੇਕਰ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਇਗਨੋਰ ਕਰਦੇ ਹੋਏ ਬਿਨਾਂ ਕਿਸੇ ਲਾਲਸਾ ਦੇ ਆਪਣੇ ਏਮਲ ਵਧਾਂਗੇ ਜਿਹੜਾ ਖਾਲਸਾ ਰਾਜ ਦੀ ਪ੍ਰਾਪਤੀ ਦਾ ਸਾਡਾ ਏਮ ਆ ਤੇ ਸੁਭਾਵਿਕ ਤੌਰ ਦੇ ਉੱਤੇ ਜਿਹੜਾ ਫਿਰ ਉਹ ਇਹ ਮਾਨ ਸਨਮਾਨ ਇਹ ਸਾਰਾ ਕੁਝ ਤੁਹਾਡੇ ਮਗਰਮਗ ਤਰਿਆ ਫਿਰਨਾ ਅਕਾਲੀ ਸਾਹਿਬ ਜਦੋਂ ਤੁਸੀਂ ਪੰਥਕ ਸੇਵਾਵਾਂ ਕਰਦੇ ਜੇ ਬਈ ਬੜੀ ਤਰ੍ਹਾਂ ਦੇ ਜਿਹੜੇ ਆ ਵਿਵਾਦ ਵੀ ਖੜੇ ਹੁੰਦੇ ਨਜ਼ਰ ਆਉਂਦੇ ਆ ਬੜੀਆਂ ਔਂਕੜਾਂ ਵੀ ਆਉਂਦੀਆਂ ਕੁਝ ਤੁਹਾਡੇ ਦੇ ਵੀ ਮਾਮਲੇ ਦਰਜ ਕਰਾਉਣ ਨੂੰ ਆਉਂਦੇ ਆ ਅੱਗੇ ਜਿਸ ਤਰ੍ਹਾਂ ਕਿ ਨਕੋਧਰ ਵਾਲਾ ਮਾਮਲਾ ਸੀ ਤੁਹਾਡੇ ਤੇ ਤੁਹਾਡੇ ਲਈ ਵੀ ਧਰਨੇ ਪ੍ਰਦਰਸ਼ਨ ਹੋ ਰਿਹਾ ਕਿ ਪਰਮਜੀਤ ਸਿੰਘ ਅਕਾਲੀ ਤੇ ਵੀ ਜਿਹੜਾ ਮਾਮਲਾ ਦਰਜ ਕੀਤਾ ਜਾ ਲੇਕਿਨ ਡੋਲ ਨਹੀਂ ਪੈਂਦੀ ਫਿਰ ਕਿਸੇ ਵਲੇ ਕਿ ਯਾਰ ਕਿਸੇ ਵਲੇ ਪੰਥ ਵੀ ਨਾਲ ਨਹੀਂ ਆ ਕੇ ਖੜਦਾ ਕੱਲਾ ਰਹਿ ਜਾਂਦਾ ਬੰਦਾ ਵੇਖੋ ਇੱਕ ਚੀਜ਼ ਬੜੀ ਸਪੱਟ ਸਮਝ ਲਿਓ ਜਿਹੜਾ ਇਹ ਪੰਥ ਆ ਨਾ ਇਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਬੜਾ ਸਪਸ਼ਟ ਕਰਤਾ ਸੀ ਕਹਿੰਦੇ ਸੀ ਇੱਤ ਮਾਰਗ ਪੈਰ ਧਰੀਜਾ ਸਿਰ ਦੀਜਾ ਕਾਹਨ ਨ ਕੀਜਾ ਸੋ ਜਦੋਂ ਤੁਸੀਂ ਇਸ ਪਥ ਵੱਲ ਤੁਰ ਪੈਣੇ ਹੋ ਜੇ ਤੁਸੀਂ ਇਹ ਸੋਚ ਕੇ ਤੁਰੋਗੇ ਨਾ ਵੀ ਹਾਏ ਮੇਰਾ ਘੋੜਾ ਦਾ ਘੜਾ ਡੁੱਲ ਜੂਗਾ ਫਿਰ ਗੱਲ ਨਹੀਂ ਬਣਨੀ ਇਹਦੇ ਵਿੱਚ ਤਾਂ ਕੁਰਬਾਨੀ ਦਾ ਪਹਿਲਾ ਪੈਰਾ ਵਾ ਬਿਲਕੁਲ ਇਦਾਂ ਦਾ ਕਦੀ ਮਨਚ ਵਿਚਾਰ ਨਹੀਂ ਆਇਆ ਜਦੋਂ ਵੀ ਤੁਰਦੇ ਆ ਇਹ ਸੋਚ ਕੇ ਤੁਰਦੇ ਆ ਵੀ ਹੁਣ ਸਿਰ ਤੇ ਖੱਪਣ ਬਣ ਕੇ ਤੁਰੇ ਹੋਏ ਆ ਕੁਝ ਵੀ ਹੋ ਸਕਦਾ ਅੱਗੋਂ ਤੁਹਾਨੂੰ ਕੋ ਮਾਰ ਵੀ ਸਕਦਾ ਜੇਲ੍ਹ ਵੀ ਹੋ ਸਕਦੀ ਆ ਪਰ ਚ ਕਿ ਨਵਾਂ ਤਾਂ ਹੈ ਨਹੀਂ ਜੇਲਾ ਵੀ ਕਟੀਆਂ ਨੇ ਪਰਚੇ ਵੀ ਕਰਾਏ ਨੇ ਸੋ ਬਿਲਕੁਲ ਕਿ ਗੁਰੂ ਸਾਹਿਬ ਦੀ ਕਿਰਪਾ ਸ਼ਹੀਦ ਸਿੰਘਾਂ ਦਾ ਪੈਰਾ ਹੋਣ ਦੇ ਨਾਲ ਇਸ ਕਰਕੇ ਇਹਨਾਂ 'ਚ ਜਿੱਦਾ ਕਦੀ ਖੌਫ ਨਹੀਂ ਆਇਆ ਬਾਕੀ ਜਿਹੜੀ ਗੱਲ ਆ ਵੀ ਨੁਕਸਾਨ ਹੋਣ ਦੀ ਆਰਥਿਕ ਤੌਰ ਦੇ ਉੱਤੇ ਵੇਖੋ ਕਦੀ ਕਿਸੇ ਨੂੰ ਇਹ ਮਿਹਣਾ ਨਹੀਂ ਮਾਰ ਸਕਦੇ ਆ ਪੰਨਾ ਕੋਈ ਮਿਹਣਾ ਹੈਗਾ ਕਿਉਂਕਿ ਸਵਾਵਾ ਤੁਹਾਨੂੰ ਗੁਰੂ ਸਾਹਿਬ ਨੇ ਬਖਸ਼ੀਆਂ ਤੁਹਾਨੂੰ ਚੁਣਿਆ ਤੇ ਤੁਸੀਂ ਸਵਾਵਾ ਆਪਣੀ ਮਰਜ਼ੀ ਨਾਲ ਕਰ ਰਹੇ ਹੋ ਸਮਰਪਿਤ ਹੋ ਕਰਕੇ ਤੇ ਜੇਕਰ ਅੱਜ ਮੈਂ ਰੋਵਾਂ ਮਿਹਣੇ ਮਾਰਾਂ ਵੀ ਹਾਏ ਮੇਰੇ ਬਗਰ ਪੰਥ ਨਹੀਂ ਆਉਂਦਾ ਹੈ ਜੀ ਮੇਰਾ ਨੁਕਸਾਨ ਹੋ ਗਿਆ ਮੇਰਾ ਕਾਰੋਬਾਰ ਬੰਦ ਹੋ ਗਿਆ ਯਾਰ ਕਿਸੇ ਹਸਾਨ ਥੋੜੀ ਆ ਜਿਨ੍ਹਾਂ ਸੂਰਮਿਆਂ ਦੇ ਯੋਧਿਆਂ ਨੇ ਸਿਰ ਦਿੱਤੇ ਨੇ ਜਿਨ੍ਹਾਂ ਨੇ ਪਰਿਵਾਰਾਂ ਦੇ ਪਰਿਵਾਰ ਵਾਰੇ ਨੇ ਸਾਡੇ ਗੁਰੂ ਸਾਹਿਬਾਨ ਨੇ ਸਰਬੰਸ ਵਾਰਿਆ ਤੇ ਮਿਹਣਾ ਥੋੜੀ ਆ ਕਿਸੇ ਨੂੰ ਮਿਹਣਾ ਨਹੀਂ ਹੈਗਾ ਤੁਹਾਡੀਆਂ ਸਵਾਵਾਂ ਨੇ ਤੁਹਾਨੂੰ ਗੁਰੂ ਸਾਹਿਬ ਨੇ ਬਖਸ਼ੀਆਂ ਨੇ ਤੇ ਇਹ ਚੜ੍ਹਦੀ ਕਲਾ ਨਾਲ ਕਰਦੇ ਰਹੀਏ ਜੇ ਅੱਗੋਂ ਵੀ ਇਸ ਤਰ੍ਹਾਂ ਸੇਵਾਵਾਂ ਜਾਰੀ ਰਹਿਣਗੀ ਬਿਲਕੁਲ ਸੇਵਾਵਾਂ ਜਾਰੀ ਰਹਿਣਗੀਆਂ ਜਿਹ ਜਿਹੜੇ ਪੰਥ ਦੁਖੀ ਨੱਥ ਪਾਵਾਂਗੇ ਉਹਨਾਂ ਨੂੰ ਕੋਸ਼ਿਸ਼ ਤਾਂ ਇਹ ਕਰੀ ਦੀ ਵੀ ਕਾਨੂੰਨੀ ਪੈਰ 'ਚ ਰਹਿ ਕੇ ਕਰੀਏ ਕਿਉਂਕਿ ਸਰਕਾਰਾਂ ਏਜੰਸੀਆਂ ਇਹ ਚਾਹੁੰਦੀਆਂ ਨੇ ਕਿ ਵੀ ਕਾਨੂੰਨ ਤੋਂ ਬਾਹਰ ਜਾ ਕੇ ਕੁਛ ਅਜੀਹਾ ਕਰਨਾ ਸੀ ਇਹਨਾਂ ਨੂੰ ਟੰਗੀਏ ਪਰ ਅਸੀਂ ਕੋਸ਼ਿਸ਼ ਕਰਦੇ ਆਂ ਕਿ ਕੋ ਨੌਜਵਾਨਾਂ ਨੂੰ ਕਾਨੂੰਨੀ ਪੈਰ 'ਚ ਰੱਖ ਕੇ ਜਾਬਦੇ ਰੱਖ ਕੇ ਕਾਰਜ ਕਰੀਏ ਪਰ ਕਈ ਵਾਰੀ ਇਹ ਜਿਹੇ ਹਾਲਾਤ ਬਣ ਜਾਂਦੇ ਨੇ ਜਦੋਂ ਪ੍ਰਸ਼ਾਸਨ ਵੀ ਸਾਡੀ ਨਹੀਂ ਸੁਣਦਾ ਪ੍ਰਸ਼ਾਸਨ ਵੀ ਸਾਡਾ ਸਾਥ ਨਹੀਂ ਦਿੰਦਾ ਫਿਰ ਸਾਨੂੰ ਕਾਨੂੰਨ ਹੱਥ ਲੈਣਾ ਪੈਂਦਾ ਰஞ்சிਤ ਸਿੰਘ ਢੰਡਰੀਆਂ ਵਾਲੇ ਮਾਈ ਨੇਮ ਪੋਸਟ ਆ ਪਾਰੇ ਤੁਹਾਡੇ ਨਾਮ ਤੇ ਹੁਣ ਮਿਰਚ ਨੂੰ ਲੱਗਦੀ ਜਿਹੜਾ ਝੂਠਾ ਹੁੰਦਾ ਸੱਚੇ ਨੂੰ ਮੇਰੇ ਖਿਲਾਫ ਹੁਣ ਕਿੰਨੀਆਂ ਪੋਸਟਾਂ ਨੇ ਕੀ ਮੇਰੇ ਖਿਲਾਫ ਚਾਰਚਰ ਪ੍ਰੋਗਰਾਮ ਕਰ ਚੁੱਕਿਆ ਮੇਰੇ ਉਤੇ ਕਿੰਨਾ ਅਲੀਗੇਸ਼ਨ ਲਾਏ ਮੈਨੂੰ ਬੜਾ ਕੁਝ ਉਹਨਾਂ ਨੇ ਬੋਲਿਆ ਬੜਾ ਪੋਸਟਾਂ ਪਵਾਇਆ ਮੇਰੇ ਪਰਿਵਾਰ ਤੱਕ ਨੂੰ ਨਾ ਟਾਰਗੇਟ ਕਰਨ ਦੀ ਮੈਨੂੰ ਨਹੀਂ ਫਰਕ ਪੈਂਦਾ ਮੈਂ ਕਦੇ ਕਿਸੇ ਨੂੰ ਜਵਾਬ ਨਹੀਂ ਦਿੱਤਾ ਕਿਉਂਕਿ ਮੈਨੂੰ ਪਤਾ ਮੈਂ ਸੱਚਾ ਮੈਂ ਆਪਣੇ ਸੱਚਾ ਗੁਰੂ ਤੋਂ ਮੈਂ ਸੱਚਾ ਇਹਨਾਂ ਭਰਾਵਾਂ ਤੋਂ ਕਹਿੰਦੇ ਪਰਮਜੀਤ ਸਿੰਘ ਅਕਾਲੀ ਡਾਂਗ ਚੱਕ ਕੇ ਚੱਲ ਜਾਂਦਾ ਨਾਗ ਦੇ ਨਾਲ ਕੋਈ ਪੰਥ ਤੁਰਦਾ ਆ ਬਕਸ਼ੀ ਆ ਗ ਤਾਂ ਡਾਂਗ ਤਾਂ ਬਖਸ਼ੀ ਹੋਣਾ ਗੁਰੂ ਸਾਹਿਬ ਨੇ ਇਹ ਡਾਂਗ ਬਖਸ਼ੀ ਕਾਦੇ ਵਾਸਤੇ ਸੀ ਸ਼ਸਤਰ ਕਾਦੇ ਵਾਸਤੇ ਬਖਸ਼ਿਆ ਜੀ ਹੋਰ ਸ਼ਸਤਰ ਉੱਥੇ ਕਾਦੇ ਵਾਸਤੇ ਬਖਸ਼ਿਆ ਮੱਜਾ ਮੋੜਨੀਆਂ ਸੀ ਯੋ ਪੰਥ ਦੋਖੀ ਟਕਰੂਆ ਡਾਂਗੀ ਫੇਰਾਂਗੇ ਜਦੋਂ ਹਮਾਂ ਲੋ ਅਪੀਲ ਦਲੀਲ ਹੁੰਦੀ ਆ ਵੀਰੇ ਪਹਿਲਾਂ ਅਪੀਲ ਹੁੰਦੀ ਆ ਆਪਾਂ ਫਿਰ ਦਲੀਲ ਨਾਲ ਗੱਲ ਕਰਦੇ ਆ ਜਦੋਂ ਫਿਰ ਸਾਰਾ ਕੁਝ ਕਦਮ ਹੋ ਜਾਂਦਾ ਫਿਰ ਡਾਂਗਾ ਸ਼ਸਤਰ ਜਿਹੜੀ ਮਹਾਰਾਜ ਦੇ ਚੂਕਾਰ ਅਜਮਾਏ ਦੇਰ ਗੁਜਸਤਾ ਲਾਲ ਹਸਤੇ ਮੁਰਦਨ ਬਾਸ਼ ਸ਼ਮਸ਼ੀਰ ਦਸ ਆਖਰ ਤੇ ਫਿਰ ਸਾਨੂੰ ਸ਼ਸਤਰ ਬਖਸ਼ਿਆ ਅਸੀਂ ਉਹਦੀ ਵਰਤੋਂ ਕਰਦੇ ਆ ਅਸੀਂ ਤਾਂ ਮੁਕਰਦੇ ਨਹੀਂ ਸਾਨੂੰ ਗੁੰਡਾ ਕਵੇ ਸਾਨੂੰ ਢੜੀਆਂ ਵਾਲਾ ਜਾਂ ਉਹਦੇ ਵਰਗੇ ਨੇਕੀਰ ਗੁੰਡਾ ਕਹਿਣ ਬਦਮਾਸ਼ ਕਹਿਣ ਸਾਨੂੰ ਤੁਸੀਂ ਜੋ ਮਰਜ਼ੀ ਕਹ ਲਓ ਸਾਨੂੰ ਪਤਾ ਸੀ ਕੀ ਆ ਸਾਡਾ ਗੁਰੂ ਜਾਣਦਾ ਸਾਡੇ ਪੰਥ ਸਾਡਾ ਜਾਣਦਾ ਇਹ ਤਾਂ ਪੰਥ ਦਾ ਹਿੱਸਾ ਹੀ ਨਹੀਂ ਕਿ ਆਪਣੇ ਉਹ ਹਿੱਸਾ ਨਹੀਂ ਮੰਨਦੇ ਪੰਥ ਦਾ ਜਿਹੜਾ ਅਕਾਲ ਤਖਸਬ ਤੋਂ ਮੁਨਕਰ ਨੇ ਜਿਹੜੇ ਗੁਰੂ ਸਾਹਿਬਾਨਾਂ ਤੋਂ ਮੁਨਕਰ ਨੇ ਇਹਨਾਂ ਲੋਕਾਂ ਸਾਡੇ ਬਾਜ ਇੰਡਸਟਰੀ ਨਹੀਂ ਕਰਦੇ ਵੀ ਸਾਨੂੰ ਕੀ ਕਹਿ ਰਹੇ ਨੇ ਅਸੀਂ ਦਿਨ ਨੂੰ ਸਵਾਲ ਕਰਦੇ ਆ ਕਿ ਸਾਨੂੰ ਉਹਨਾਂ ਸਵਾਲਾਂ ਦੇ ਜਵਾਬ ਦਿਓ ਜੇ ਤੁਸੀਂ ਤੁਸੀਂ ਸਾਰੇ ਲੋਕਾਂ ਦੇ ਟਾਰਗੇਟ ਕਰਦੇ ਹੋ ਜਿਵੇਂ ਕਿ ਸੰਪਰਦਾਵਾਂ ਦੇ ਬਾਰੇ ਬੋਲਦਾ ਕਹਿੰਦਾ ਜੀ ਇਹ ਗੋਲ ਖਾਂਦੇ ਨੇ ਧਾਨ ਖਾਂਦੇ ਨੇ ਸਾਨੂੰ ਦੱਸ ਦਿਓ ਢੱਡਰੀਆਂ ਵਾਲਾ ਕਿਹੜਾ ਧੰਦਾ ਕਰਦਾ ਕਿਹੜਾ ਕਾਰੋਬਾਰ ਢੱਡਰੀਆਂ ਵਾਲੇ ਦਾ ਕਿਹੜੇ ਪਿਓ ਦੀ ਪਿਆਲੀ ਵੋਂਦਾ ਵੀ ਜਿੱਥੋਂ ਉਹ ਐਸ਼ੋਰਾਮ 2-2 ਲੱਖ ਦੇ ਕੁੱਤੇ ਰੱਖੀ ਫਿਰਦਾ ਜੀ ਜੀ ਦਸੋ ਬੰ ਨੂੰ ਕਿਹੜਾ ਗੁਰਸਿੱਖ ਪ੍ਰਚਾਰਕ ਕਿਰਤੀ ਆ ਜਿਹਨੇ 2-2 ਲੱਖ ਦੇ ਕੁੱਤੇ ਹੀ ਰਖੇ ਨੇ ਸ਼ੌਂਕ ਪਾਲਣ ਨੂੰ সুইਮਿੰਗ ਪੂਲ ਬਣਾ ਕੇ ਅੰਦਰ ਗੱਦਿਆਂ ਉਹ ਸੁਣਿਆ ਕਹਿੰਦੇ ਜੋ ਵੇਖਿਆ ਸੀ ਤਾਂ ਜਦੋਂ ਗੱਡੀ 'ਚ ਪੰਜਾ ਹੱਥਲੇ ਪਹਿਲਾਂ ਤੌਲੀਆ ਵਛਾਉਂਦੇ ਨੇ ਇਹ ਪੰਥ ਵਾਸਤੇ ਲੜ ਲੈਣਗੇ ਮਖਮਲ ਦੇ ਗੱਦਿਆਂ 'ਤੇ ਸੌਣ ਵਾਲੇ 15 ਵਾਸਤੇ ਲੜਨਗੇ ਇਹ ਤਾਂ ਖੂਨ ਦੀਆਂ ਸਿਰੰਜਾਂ ਵਾਲ ਦੇਣ ਜੋਗੇ ਨੇ ਉਹ ਦਿੱਤੀਆਂ ਨੇ ਨਾਲੇ ਧੋਘੋਚਲੇ ਕੀਤੇ ਨੇ ਹੁਣ ਏਜੰਸੀਆਂ ਦਾ ਦਬਾਅ ਉਤੋਂ ਜਿਨ੍ਹਾਂ ਨੇ ਪਾਲਿਆ ਸੀਗਾ ਜਿਨ੍ਹਾਂ ਨੇ ਰੋਟੀ ਦਿੱਤੀ ਸੀ ਹੁਣ ਉਹ ਉਹ ਦਬ ਕੇ ਰੱਖਦੇ ਨੇ ਵੀ ਸਾਡੇ ਹਿਸਾਬ ਨਾਲ ਚੱਲ ਉਹਨਾਂ ਹਿਸਾਬ ਨਾਲ ਚੱਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਦਿਨ ਆਲ ਇੰਡੀਆ ਸਿੱਖ ਜਿਹੜੀ ਫੈਡਰੇਸ਼ਨ ਦੇ ਜ਼ਿੰਮੇਵਾਰ ਸਿੰਘ ਨਸ ਦਾ ਕਰਨੈਲ ਸਿੰਘ ਜੀ ਪੀਰ ਮੁਹੰਮਦ ਤੇ ਉਹਨਾਂ ਦੇ ਇਸ ਦਾ ਜਗਰੂ ਸਿੰਘ ਚਿਮਾ ਤੇ ਸਾਰੀ ਜਿਹੜੇ ਉਹਨਾਂ ਦੇ ਨਾਲ ਦੀ ਟੀਮ ਆ ਜਿੰਨੇ ਵੀ ਨੌਜਵਾਨ ਵੀਰ ਭੈਣਾ ਇਸ ਟੀਮ ਦੇ ਵਿੱਚ ਕੰਮ ਕਰਦੇ ਨੇ ਸੋ ਇੱਕ ਬੜਾ ਵੱਡਾ ਉਪਰਾਲਾ ਅਸੀਂ ਇਹ ਨਹੀਂ ਕਹਿੰਦੇ ਵੀ ਸਾਨੂੰ ਇੱਥੇ ਬੁਲਾ ਕੇ ਉਹਨਾਂ ਨੇ ਸਨਮਾਨਤ ਕੀਤਾ ਪਰ ਮੈਨੂੰ ਲੱਗਦਾ ਵੀ ਇਸ ਚੀਜ਼ ਦੀ ਸਾਡੀ ਕੌਮ ਨੂੰ ਜ਼ਰੂਰਤ ਆ ਜਿਹੜੇ ਕੌਮ ਵਾਸਤੇ ਕੋਈ ਵੀ ਕਿਸੇ ਵੀ ਖੇਤਰ ਦੇ ਵਿੱਚ ਕੰਮ ਕਰ ਰਿਹਾ ਭਾਵੇਂ ਉਹ ਪ੍ਰਚਾਰ ਦੀ ਆ ਭਾਵੇਂ ਉਹ ਪ੍ਰਸਾਰ ਦੀ ਆ ਭਾਵੇਂ ਉਹ ਸਮਾਜ ਸੇਵਾ ਹੈ ਤੇ ਭਾਵੇਂ ਕਿਸੇ ਵੀ ਤਰ੍ਹਾਂ ਦੀ ਮਟਰ ਮੋਟੀਵੇਸ਼ਨ ਕਾਮ ਨੂੰ ਜਗਾਉਣ ਵਾਸਤੇ ਕਿਸੇ ਤਰ੍ਹਾਂ ਦੇ ਵੀ ਹਲੂਣਾ ਦੇ ਰਿਹਾ ਸੋ ਅਸੀਂ ਰੂਹਾਂ ਨੂੰ ਸਮੇਂ-ਸਮੇਂ ਦੇ ਉੱਪਰ ਜੇਕਰ ਅਸੀਂ ਨਾਲ ਜੁੜਾਂਗੇ ਨਾਲ ਮੋੜੇ ਨਾਲ ਮੋੜ ਜੁੜ ਕੇ ਖੜਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਨੌਜਵਾਨ ਵੀਰ ਭਰਾ ਬਜ਼ੁਰਗ ਜਿਹੜੇ ਨੇ ਉਹ ਇਸ ਪਾਸੇ ਕੰਮ ਕਰਨ ਵਾਸਤੇ ਪ੍ਰੇਰਿਤ ਹੋਣਗੇ ਸੋ ਮੈਂ ਸਿੱਖ ਫੈਡਰੇਸ਼ਨ ਦਾ ਧੰਨਵਾਦ ਕਰਦਾ ਤੇ ਸਾਰੇ ਵੀਰਾ ਭਰਾਵਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਪਾਵਨ ਧਰਤੀ ਦੇ ਉੱਪਰ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਅ ਤਰਸ ਉਹਨਾਂ ਦੇ ਅਸੀਸਾਂ ਲੈ ਕੇ ਆ ਜਿਹੜਾ ਇਹ ਉਪਰ ਅੱਲਾ ਕੀਤਾ ਬਹੁਤ ਵਧੀਆ ਹੈ ਕੈਮਰਾਮੈਨ ਪ੍ਰਦੀਪ ਦੇ ਨਾਲ ਮੁਕੇਸ਼ ਮਹਿਰਾ ਸੁਰਖਾਪੀ ਵੀ ਸ਼੍ਰੀ ਦਰਬਾਰ ਸਾਹਿਬ